ਨਬੀ ਦੀ ਮਾਂ ਜਈ ਕੋਈ ਹੋਰ ਮਾਂ ਨਹੀਂ। ਕੋਈ ਹੱਥ ਖੜਾ ਕਰਕੇ ਸੁਭਾਨ ਕਹਿਣ ਵਾਲਾ ਹੈ? ਸੁਭਾਨ। ਨਬੀ ਦੀ ਮਾਂ ਜਈ ਕੋਈ ਹੋਰ ਮਾਂ ਨਹੀਂ, ਉਲਫਤ ਬਿਨਾ ਕਾਮਿਲ ਈਮਾਨ ਇਹਦੀ, ਉਲਫਤ ਬਿਨਾ ਕਾਮਿਲ ਈਮਾਨ ਇਹਦੀ, ਉਲਫਤ ਬਿਨਾ ਕਾਮਿਲ ਈਮਾਨ ਹੈ। ਇਹ ਮਹਿਫਲ ਅਗਰ ਮਸਜਿਦ ਨਾ ਨਾ ਹੋ ਰਹੀ ਹੁੰਦੀ, ਮੇਰਾ ਸਟਾਈਲ ਕੁਝ ਪੜ੍ਹਨ ਦਾ ਹੋ ਰਿਹਾ, ਇਹ ਹੈ ਮਸਜਿਦ ਦੀ ਮਹਿਫਲ, ਉਹ ਵੀ ਇਮਾਮ ਹੁਸੈਨ ਪਾਕ ਦੇ ਨਾਮ ਦੇ ਨਾਲ ਮਨਸੂਬ ਹੈ, ਵਰਨਾ ਮੈਂ ਹਜ਼ੂਰ ਦੀ ਅੰਮੀ ਸੁਣਾ ਰਿਹਾ, ਕਿਆ ਸੁਭਾਨ ਲਾ ਮੰਗਣੀ ਪਵੇਗੀ? ਦਾਤ ਦੇਣ ਦਾ ਹੱਕ ਮੈਂ ਬਹੁਤ ਜਾਣਨਾ ਕਿਸ ਤਰ੍ਹਾਂ ਲਈ ਦੀ, ਲੇਕਿਨ ਕਿਉਂਕਿ ਵਜ੍ਹਾ ਕਿ ਮੇਰਾ ਇੱਕ ਸਿਸਟਮ ਹੈ ਕਿ ਮੈਂ ਕੋਈ ਤੰਗ ਨਹੀਂ ਕਰਨਾ ਚਾਹੁੰਦਾ ਇਹੋ ਜਿਹੇ ਮਾਹੌਲ ਵਿੱਚ। ਬੀਬੀ ਆਮਿਨਾ ਜੀ ਹਸੀ ਜੋੜੀ ਕਿਤੇ ਵੇਖੀ ਅਸਾਂ, ਨਬੀ ਦੀ ਮਾਂ ਜਈ ਕੋਈ ਹੋਰ ਮਾਂ ਨਹੀਂ, ਨਬੀ ਦੀ ਮਾਂ ਜਈ ਕੋਈ ਹੋਰ ਮਾਂ ਨਹੀਂ, ਨਬੀ ਦੀ ਮਾਂ ਜਈ ਕੋਈ ਹੋਰ ਮਾਂ ਨਹੀਂ। ਇਹ ਮੈਂ ਮਾਂ ਉਹ ਪੜ੍ਹੀ ਜਿਹੜੀ ਖੁਦ ਮੁਸਤਫਾ ਦੀ ਮਾਂ ਹੈ। ਇੱਕ ਸ਼ੇਰ ਉਹਨਾਂ ਪੜ੍ਹਨਾ ਜਿਹਦੇ ਕੋਲ ਸਰਕਾਰ ਨੇ 4 ਸਾਲ ਗੁਜ਼ਾਰੇ, ਕਿਬਲਾਸੀ ਸਾਹਿਬ ਦੀ ਫਰਮਾਇਸ਼ ਹੈ ਅਤੇ ਉਹਨਾਂ ਦੀ ਫਰਮਾਇਸ਼ ਵੀ ਇਹੀ ਹੁੰਦੀ, ਜਿੱਥੇ ਮਿਲਦੇ ਨੇ ਇਹੀ ਹੁੰਦੀ, ਇਸ ਪਰ ਇਸ ਰਾਜ ਦੀ ਪਰਦਾ ਉੱਠ ਜਾਣਾ ਚਾਹੀਦਾ। ਹੁਣ ਆਕਾ 2 ਸਾਲ ਦੀ ਉਮਰ ਹੈ, ਤੁਸੀਂ ਸਵਾਲ ਲੱਗਿਆ ਜੀ ਇਹ ਮੇਰੇ ਨਾਲ ਆਏ ਨੇ, ਫਿਰ ਹੁਣ ਮੈਂ ਇਹਨਾਂ ਨੂੰ ਕਹਿ ਸਕਦਾ ਸੁਭਾਨ ਅੱਲਾ। ਆਕਾ 2 ਸਾਲ ਦੇ ਨੇ ਅਤੇ ਆਕਾ ਹਲੀਮਾ ਦੇ ਵਿਹੜੇ ਟੁਰਦੇ ਨੇ, ਅਤੇ ਹਾਸੀ ਸਾਹਿਬ ਦੀ ਫਰਮਾਇਸ਼ ਹੈ ਅਤੇ ਹੱਥ ਜੋੜ ਕੇ ਕਹਾਂ ਇੱਕ ਸ਼ੇਰ ਪੜ੍ਹ ਦੇਣਾ, ਅੰਮਾ ਨਾਲ ਨਾਲ ਹਜ਼ੂਰ ਦੇ ਹੱਥ ਫੜਿਆ ਅਤੇ ਨਾਲ ਕਹਿੰਦੀ ਹੈ, ਮੈਂ ਤਾਂ ਸੋਹਣੇ ਦੀ ਉਂਗਲੀ ਨੱਪੀ ਹੋਈ ਹੈ, ਮੈਂ ਤੇ ਸੋਹਣੇ ਦੀ ਉਂਗਲੀ ਨੱਪੀ ਹੋਈ ਹੈ, ਪਾਈ ਲਾਲ ਆਪਣੇ ਨੂੰ ਜੱਫੀ ਹੋਈ ਹੈ, ਮੈਂ ਤੇ ਸੋਹਣੇ ਦੀ ਉਂਗਲੀ ਨੱਪੀ ਹੋਈ ਹੈ, ਮੈਂ ਤੇ ਸੋਹਣੇ ਦੀ ਉਂਗਲੀ ਨੱਪੀ ਹੋਈ ਹੈ, ਮੈਂ ਤਾਂ ਸੋਹਣੇ ਦੀ ਉਂਗਲੀ। ਤੁਸੀਂ ਨੱਪ ਤਾਂ ਨਹੀਂ ਸਕਦੇ, ਪਰ ਜਿੰਨਾ ਕਲਮਾ ਪੜ੍ਹ ਕੇ ਫੜੀ ਹੱਥ ਚੁੱਕ ਸਵਾਲ ਲਾ ਬੋਲਣ, ਮੈਂ ਤਾਂ ਸੋਹਣੇ ਦੀ ਉਂਗਲੀ ਨੱਪੀ ਹੋਈ ਹੈ, ਮੈਂ ਤੇ ਸੋਹਣੇ ਦੀ ਉਂਗਲੀ। ਅੰਮਾ ਹਲੀਮਾ ਕਹਿ ਰਹੀ ਹੈ, ਹੁਣ ਅੱਖੀਆਂ ਤੋਂ ਦੂਰ ਨਾ ਜਾਵੀ, ਵੇੜਿਓ ਬਾਹਰ ਪੈਰ ਨਾ ਪਾਵੀ,
ਕਿਉਂਕਿ ਧੁੱਪਾ ਨਾਲ ਜ਼ਮੀਨ ਵੀ ਤੱਪੀ ਹੋਈ ਹੈ, ਵਿੱਚ ਸੋਨੇ ਦੀ ਉਂਗਲੀ ਨੱਪੀ ਹੋਈ ਹੈ, ਮੈਂ ਤੇ ਸੋਨੇ ਦੀ ਉਂਗਲੀ।